एवरीबॉडी एक बार फिर तो तुहाडी होस्ट ते दोस्त विशु प्रीत कौर स्वागत करती है तुहाडे मेरे ते सारे पंजाबियों दे फेवरेट शो जिहदा नाम है जी पंजाबी दिस वीक। सेंस जो सिंपल नू बना देवे स्पेशल ते सैड नू कर देवे हैप्पी ते एंगर नू कर देवे कूल कूल ते भरपूर देवे थोड़ी जिंदगी च एंटरटेनमेंट ते उस एंटरटेनमेंट दी डेस्टिनेशन दा नाम है जी पंजाबी दिस वीक। ਵਰਲਡ ਵਾਈਡ ਵਾਸਤੇ ਪੰਜਾਬੀਆਂ ਨੂੰ ਜਿਸ ਅਪਡੇਟ ਦੀ ਰਹਿੰਦੀ ਹੈ ਜੀ ਬੇਸਬਰੀ ਨਾਲ ਵੇਟ, ਉਹਨਾਂ ਲਈ ਇਹ ਬਹੁਤ ਸਾਰੀ ਇੰਟਰਸਟਿੰਗ ਅਪਡੇਟਸ ਅਤੇ ਨਾਲੇ ਇੱਕ ਨਹੀਂ ਜੀ ਦੋ ਦੋ ਸਟਾਰ ਗੈਸਟ, ਹਾਂਜੀ ਵਰਸਟਾਈਲ ਕੁਲਜਿੰਦਰ ਸਿੱਧੂ ਅਤੇ ਸੁਪਰ ਤੋਂ ਵੀ ਉੱਪਰ ਹੌਬੀ ਧਾਲੀਵਾਲ ਨਾਲ ਤੁਹਾਡੀ ਕਰਾਵਾਂਗੀ ਖਾਸ ਮੁਲਾਕਾਤ ਅਤੇ ਵੋਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 4 ਦੇ ਪਿਆਰੇ ਪਿਆਰੇ ਬੱਚਿਆਂ ਦੀ ਸੁਰੀਲੀ ਆਵਾਜ਼ਾਂ ਨਾਲ ਹੋਏਗਾ ਸ਼ੋਅ ਦਾ ਮਾਹੌਲ ਕਮਾਲ। ਅਤੇ ਚਲੋ ਜੀ ਫਿਰ ਸ਼ੁਰੂ ਕਰਦੇ ਧਮਾਲ ਅਤੇ ਸ਼ੋਅ ਦੀ ਕਰਦੇ ਸ਼ੁਰੂਆਤ ਇੱਕ ਬਹੁਤ ਹੀ ਸਪੈਸ਼ਲ ਅਪਡੇਟ ਦੇ ਨਾਲ। ਦੁਨੀਆਂ 'ਚ ਅਸੀਂ ਕਿਤੇ ਵੀ ਚਲੇ ਜਾਈਏ ਪੰਜਾਬੀ 'ਚ ਉਹਨਾਂ ਦੀ ਮੋਰਲ ਵੈਲਿਊ ਸਾਨੂੰ ਦੇਖਣ ਨੂੰ ਮਿਲ ਜਾਂਦੀਆਂ ਨੇ ਜੋ ਵੇਖ ਕੇ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ। ਅਤੇ ਐਵੇਂ ਦਾ ਕੁਛ ਹੋਇਆ ਜੀ ਓਨਟੈਰੀਓ ਦੇ ਵਿੱਚ, ਹਾਂਜੀ ਬਹੁਤ ਸਾਲਾਂ ਦੀ ਜੱਦੋ ਜਹਿਦ ਤੋਂ ਬਾਅਦ ਉੱਥੋਂ ਦੇ ਗੁਰਦੁਆਰਾ ਸਾਹਿਬ ਦੀ ਕੰਸਟਰਕਸ਼ਨ ਕੰਪਲੀਟ ਹੋ ਚੁੱਕੀ ਹੈ ਅਤੇ ਗੁਰਦੁਆਰਾ ਸਾਹਿਬ ਨੂੰ ਦਰਸ਼ਨ ਲਈ ਖੋਲ੍ਹ ਦਿੱਤਾ ਗਿਆ ਅਤੇ ਉੱਥੋਂ ਦੀ ਸਿੱਖ ਕਮਿਊਨਿਟੀ ਵਿੱਚ ਖੁਸ਼ੀ ਦੀ ਲਹਿਰ ਹੈ। ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਅਰਦਾਸ ਤੋਂ ਇਲਾਵਾ ਇਸ ਗੁਰਦੁਆਰਾ ਸਾਹਿਬ ਦੇ ਵੀ ਸਪੈਸ਼ਲ ਓਕੇਜਨ, ਫੈਸਟੀਵਲਸ, ਨਿਊ ਈਅਰ ਅਤੇ ਮੈਰਿਜਸ ਲਈ ਵੀ ਸਪੈਸ਼ਲ ਅਰੇਂਜਮੈਂਟਸ ਕੀਤੇ ਜਾਣਗੇ। ਤੁਹਾਡੀ ਇਸ ਖੁਸ਼ੀ ਨੂੰ ਇੱਦਾਂ ਹੀ ਬਰਕਰਾਰ ਰੱਖਦੇ ਆ ਅਤੇ ਦਿੰਦੇ ਹਾਂ ਤੁਹਾਨੂੰ ਇੱਕ ਹੋਰ ਅਪਡੇਟ। ਅਤੇ ਅਪਡੇਟ ਇਹ ਹੈ ਜੀ ਕਿ 2019 ਵਿੱਚ ਹੋਣ ਵਾਲੇ 32ਵੇਂ ਆਸਟ੍ਰੇਲੀਅਨ ਸਿੱਖ ਗੇਮ ਦੀ ਮੀਟਿੰਗ ਮੈਲਬਰਨ ਦੇ ਵਿੱਚ ਹੋਈ ਅਤੇ ਸਿੱਖ ਗੇਮ ਨਾਲ ਰਿਲੇਟਡ ਬਹੁਤ ਸਾਰੀ ਸਪੈਸ਼ਲ ਪਰਸਨੈਲਿਟੀਜ਼ ਨੇ ਇਹਦੇ ਵਿੱਚ ਹਿੱਸਾ ਲਿਆ ਅਤੇ 16 ਡਿਫਰੈਂਟ ਸਪੋਰਟਸ ਕਲੱਬ ਦੇ ਰੀਪ੍ਰਜੈਂਟੇਟਿਵਸ ਵੀ ਇੱਥੇ ਮੌਜੂਦ ਸਨ ਅਤੇ ਇਹ ਸਿੱਖ ਗੇਮਸ ਦੀ ਪ੍ਰੀ ਪ੍ਰੈਪਰੇਸ਼ਨਸ ਲਈ ਕੀਤੀ ਗਈ ਮੀਟਿੰਗ ਸੀ ਜੋ ਕਿ ਕਾਫੀ ਜ਼ੋਰਾਂ ਸ਼ੋਰਾਂ 'ਚ ਰਹੀ ਅਤੇ ਆਈ ਐਮ ਸ਼ੋਰ ਪਿਛਲੀ ਵਾਰ ਵਾਂਗੂ ਇਸ ਵਾਰ ਵੀ ਸਿੱਖ ਗੇਮਸ ਪੂਰੀਆਂ ਸਕਸੈਸਫੁਲ ਰਹਿਣਗੀਆਂ। ਅਤੇ ਗੱਲ ਕਰਦੇ ਹਾਂ ਜੀ ਹੁਣ ਬ੍ਰੈਂਪਟਨ ਨੌਰਥ ਦੀ ਮੈਂਬਰ ਆਫ ਪਾਰਲੀਮੈਂਟ ਰੂਬੀ ਸਹੋਤਾ ਦੀ, ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਸਮਰ ਸੀਜ਼ਨ ਦੇ ਵੈਲਕਮ ਸਪੀਚ ਪੜ੍ਹੀ ਅਤੇ ਉਹਨਾਂ ਨੇ ਕਿਹਾ ਕਿ ਸਮਰ ਸੀਜ਼ਨ ਦੇ ਵਿੱਚ ਅਸੀਂ ਰਾਈਡ 'ਤੇ ਜਾਂਦੇ ਹਾਂ, ਬਾਰਬੀਕਿਊ ਆਰਗਨਾਈਜ਼ ਕਰਵਾਉਂਦੇ ਹਾਂ, ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਅਤੇ ਨਾਲੇ ਬਹੁਤ ਸਾਰੇ ਕਮਿਊਨਿਟੀ ਈਵੈਂਟਸ ਅਟੈਂਡ ਕਰਨ ਦਾ ਵੀ ਮੌਕਾ ਮਿਲਦਾ। ਵਾਕਈ ਕਹਿਣਾ ਪਏਗਾ ਜੀ ਇਸ ਪੰਜਾਬੀ ਮੁਟਿਆਰ ਨੂੰ ਆਪਣੇ ਕੰਮ ਲਈ ਅਤੇ ਆਪਣੀ ਕਮਿਊਨਿਟੀ ਲਈ ਇੰਨੀ ਰਿਸਪੋਂਸੀਬਿਲਟੀ ਦੇਖ ਕੇ ਹਾਏ ਸਾਨੂੰ ਤਾਂ ਬੜਾ ਮਾਣ ਮਹਿਸੂਸ ਹੁੰਦਾ ਹੈ। ਅਤੇ ਹੁਣ ਰੁੱਖ ਕਰਦੇ ਹਾਂ ਜੀ ਵੁਮਨ ਵੈਲਫੇਅਰ ਗਰੁੱਪ ਦਿਸ਼ਾ ਵੱਲੋਂ ਆਰਗਨਾਈਜ਼ ਕਰਵਾਈ ਗਈ 2nd ਵਰਲਡ ਵੁਮਨ ਕਾਨਫਰੰਸ ਵੱਲ ਅਤੇ ਇਹ ਕਾਨਫਰੰਸ 2 ਦਿਨ ਤੱਕ ਚੱਲੀ ਜਿੱਥੇ ਪੋਇਟਰੀ, ਸਾਹਿਤ, ਸਿਨੇਮਾ, ਥੀਏਟਰ ਅਤੇ ਸਟੋਰੀ ਟੈਲਿੰਗ ਵਰਗੀਆਂ ਐਕਟੀਵਿਟੀਜ਼ ਕਰਵਾਈਆਂ ਗਈਆਂ। ਅਤੇ ਇਸ ਕਾਨਫਰੰਸ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਇੱਥੇ ਇੰਡੀਆ, ਇੰਗਲੈਂਡ, ਸ਼੍ਰੀਲੰਕਾ, ਪਾਕਿਸਤਾਨ ਅਤੇ ਬਾਂਗਲਾਦੇਸ਼ ਤੋਂ ਵੀ ਡੈਲੀਗੇਟਸ ਪਹੁੰਚੇ। ਅਤੇ ਚਲੋ ਫਿਰ ਆਪਾਂ ਵੀ ਚੱਲਦੇ ਹਾਂ ਕਾਨਫਰੰਸ 'ਚ। ਸਾਰੇ ਮਿਲ ਜੁਲ ਕੇ ਆਪਾਂ ਇੱਕ ਐਜ ਏ ਹਿਊਮਨ ਬੀਇੰਗ ਆ, ਹਿਊਮਨ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਅੱਤਿਆਚਾਰ ਨਹੀਂ ਹੋਣਾ ਚਾਹੀਦਾ ਕਿਸੇ ਦੇ ਨਾਲ। ਇਸ ਕਰਕੇ ਸਾਨੂੰ ਇਹ ਚਾਹੀਦਾ ਵੀ ਸਾਰੇ ਜਾਣੇ ਮਿਲ ਕੇ ਅਸੀਂ ਕੰਮ ਕਰੀਏ। ਇਸ ਕਰਕੇ ਮੈਂ ਬਹੁਤ ਖੁਸ਼ ਹਾਂ ਅੱਜ ਇਸ ਦੇ ਦਿਸ਼ਾ ਦੇ ਮੈਂ ਸਾਰੇ ਕਾਰਜਕਰਤਾਵਾਂ ਨੂੰ ਵਧਾਈ ਦਿੰਦਾ ਹੈਗਾ ਔਰ ਆਈ ਕੰਗ੍ਰੈਚੁਲੇਟ ਆਲ ਆਫ ਦੈਮ ਔਰ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਵਧੀਆ ਵਧੀਆ ਪ੍ਰੋਗਰਾਮ ਉਹ ਕਰਦੇ ਰਹਿਣ। ਇਹ ਜਿਹੜਾ ਉੱਦਮ ਔਰਤਾਂ ਵੱਲੋਂ ਕੀਤਾ ਗਿਆ ਨਾ, ਇਹ ਬੜਾ ਹੀ ਸ਼ਲਾਘਾਯੋਗ ਆ। ਜਿੰਨੇ ਵਧੀਆ ਪੇਪਰ ਇਹਨਾਂ ਵਿੱਚ ਪੜ੍ਹੇ ਗਏ ਨੇ ਉਹ ਬੜੇ ਇੱਕ ਡਾਇਰੈਕਸ਼ਨ, ਨਾਂ ਵੀ ਇਹਨਾਂ ਦਾ ਦਿਸ਼ਾ, ਇੱਕ ਦਿਸ਼ਾ ਪ੍ਰਦਾਨ ਕਰਦੇ ਨੇ। ਵਿਸ਼ੇਸ਼ ਤੌਰ 'ਤੇ ਜਿਹੜਾ ਇਹਨਾਂ ਦਾ ਯੰਗ ਲੇਡੀਜ਼ ਨੇ ਇੱਕ ਪ੍ਰੋਗਰਾਮ ਸੈਸ਼ਨ ਦੇਣਾ, ਉਹਦੇ ਵਿੱਚ ਜਿਹੜਾ ਇਹਨਾਂ ਨੇ ਯੰਗ ਲੇਡੀਜ਼ ਨੇ ਔਰਤਾਂ ਦੀ ਜਿਹੜੀ ਸਥਿਤੀ ਆ ਉਹਨੂੰ ਸੈਲੀਬ੍ਰੇਟ ਕੀਤਾ। ਉਹ 'ਚ ਰੋਣਾ ਧੋਣਾ ਨਹੀਂ ਸੀਗਾ। ਵਾਸਤੇ ਪੰਜਾਬੀ ਵੁਮੈਨ ਦੀ ਆਰਗਨਾਈਜੇਸ਼ਨ ਦਿਸ਼ਾ ਵੱਲੋਂ ਕਰਾਈ ਗਈ ਕਾਨਫਰੰਸ ਵਾਕਈ ਐਪਰੀਸ਼ੀਏਬਲ ਹੈ ਅਤੇ ਜੇ ਮੈਨੂੰ ਚਾਂਸ ਮਿਲੇ ਤਾਂ ਮੈਂ ਇਸ ਕਾਨਫਰੰਸ ਦਾ ਪਾਰਟ ਡੈਫੀਨੇਟਲੀ ਬਣਾਂਗੀ। ਖੈਰ ਮੈਂ ਤਾਂ ਜਦੋਂ ਇਸ ਕਾਨਫਰੰਸ ਦਾ ਪਾਰਟ ਬਣਾਂਗੀ ਉਦੋਂ ਸਹੀ, ਬਟ ਫਿਲਹਾਲ ਪੰਜਾਬੀ ਦਿਸ ਵੀਕ ਦਾ ਪਾਰਟ ਬਣਨ ਵਾਲੇ ਨੇ ਸਾਡੇ ਪਹਿਲੇ ਸੈਲੀਬ੍ਰਿਟੀ ਗੈਸਟ ਅਤੇ ਉਹਨਾਂ ਬਾਰੇ ਤੁਹਾਨੂੰ ਇੱਕ ਗੱਲ ਦੱਸ ਦਿੰਦੀ ਹਾਂ ਕਿ ਉਹਨਾਂ ਨੇ ਹੁਣ ਤੱਕ ਜੋ ਵੀ ਕੀਤਾ ਨਾ ਬਸ ਆਪ ਹੀ ਕੀਤਾ ਅਤੇ ਭਾਵੇਂ ਉਹ ਐਜ਼ ਅ ਪ੍ਰੋਡਿਊਸਰ ਹੋਵੇ ਅਤੇ ਭਾਵੇਂ ਐਜ਼ ਐਨ ਐਕਟਰ ਅਤੇ ਉਹਨਾਂ ਦੇ ਪ੍ਰੋਜੈਕਟਸ ਦੇ ਵਾਂਗੂ ਉਹ ਆਪ ਵੀ ਆਪ ਹੀ ਨੇ। ਸੋ ਪਲੀਜ਼ ਵੈਲਕਮ ਵਰਸਟਾਈਲ ਕੁਲਜਿੰਦਰ ਸਿੱਧੂ। ਆਪਣੇ ਤੋਂ ਬੜੇ ਡਿਫਰੈਂਟ ਹੁੰਦੇ ਆ, ਉਸ ਕੈਰੈਕਟਰ ਨੂੰ ਕਨਸੀਵ ਕਰਨਾ ਕਿੰਨਾ ਡਿਫਿਕਲਟ ਹੁੰਦਾ ਹੈ ਟੂ ਗੈਟ ਇਨਟੂ ਦ ਸਕਿਨ ਆਫ ਦ ਕੈਰੈਕਟਰ? ਮੈਂ ਜਦੋਂ ਸਕ੍ਰਿਪਟ ਆਉਂਦੀ ਆ ਫਿਰ ਮੈਂ ਉਹਦੇ 'ਚ ਖੁਬ ਜਾਣਾ ਉਸ ਕੈਰੈਕਟਰ ਦੇ ਵਿੱਚ ਡੀਪ ਚਲਾ ਜਾਂਦਾ। ਸੋ ਤਕਰੀਬਨ 1.5 ਮਹੀਨਾ ਪਹਿਲਾਂ ਹੀ ਮੈਂ ਉਹਦੀ ਤਿਆਰੀ ਸ਼ੁਰੂ ਕਰਨੀ ਸ਼ੁਰੂ ਕਰ ਦਿੰਦਾ। ਸੋ
ਘਰ ਦੀ ਮੇਰੀ ਜਿਹੜੀ ਵਾਈਫ ਹੈ ਉਹ ਬੜੀ ਦੁਖੀ ਹੁੰਦੀ ਆਈ ਵਾਸ ਅਬਾਊਟ ਟੂ ਆਸਕ ਕਿ ਘਰ ਦੇ ਨਹੀਂ ਕਹਿੰਦੇ ਮੁੰਡੇ ਨੂੰ ਕੀ ਹੋ ਗਿਆ ਉਹ ਕਹਿਣਗੇ ਯਾਰ ਕੀ ਮਤਲਬ ਫਿਰ ਉਹ ਵਿਲਿੰਗਨੈਸ ਇਨਸਟਿੰਕਟ ਆ ਜਾਂਦੀਆਂ ਨੇ ਅੰਦਰ ਫਿਰ ਮੈਂ ਉਹਦੇ ਨਾਲ ਵੀ ਟ੍ਰੀਟ ਕਰੂੰਗਾ ਵੀ ਯਾਰ ਮਤਲਬ ਔਖ ਹੋ ਗਈ ਯਾਰ ਮਤਲਬ ਤੂੰ ਯਾਰ ਘਰ ਦਾ ਮਾਹੌਲ ਖਰਾਬ ਕਰ ਤੂੰ ਹੋਏਗਾ ਲਾਲੀ ਸਰਕਾਰੀ ਆ ਫਿਲਮ 'ਚ ਕਰੀ ਬਟ ਬਿਹੇਵ ਇਨ ਫਰੰਟ ਆਫ ਮੀ ਇਹ ਤਾਂ ਡਾਕੂਮੈਂਟਰੀ ਬਣਾਉਣ ਵਾਲੀ ਹੈ ਬਹੁਤ ਵਧੀਆ ਵੀ ਤੁਸੀਂ ਆਪਦੀ ਐਕਟਿੰਗ ਦੇ ਵਿੱਚ ਖੁੱਬੇ ਹੋਏ ਤੇ ਤੁਹਾਡੀ ਵਾਈਫ ਓ ਗੋਡ ਕੋਈ ਨਹੀਂ ਅਸੀਂ ਤੁਹਾਡਾ ਦੁੱਖ ਸਮਝ ਸਕਦੇ ਜੀ ਥੈਂਕ ਯੂ ਵੈਸੇ ਤੁਸੀਂ ਜਿਵੇਂ ਕਿਹਾ ਕਿ ਨੈਗੇਟਿਵ ਰੋਲ ਬਹੁਤ ਆਫਰ ਹੋਇਆ ਹੈ ਨਾ ਇੰਨਾ ਗੁੱਸੇ ਵਾਲਾ ਰੋਲ ਤੁਸੀਂ ਸ਼ਰੀਕ ਵੀ ਕੀਤਾ ਮਤਲਬ ਫੱਟੇ ਚੱਕਦੇ ਜਿਹਨੂੰ ਕਹਿੰਦੇ ਆ ਪਰ ਪਰਸਨਲੀ ਕਿੰਨਾ ਗੁੱਸਾ ਆਉਂਦਾ ਹੈ ਕਿ ਤੁਸੀਂ ਕੂਲ ਹੀ ਹੈਗੇ ਹੋ ਨਹੀਂ ਮੈਂ ਕੂਲ ਬੰਦਾ ਹੈ ਪਰਸਨਲੀ ਇਨ ਰੀਅਲ ਲਾਈਫ ਦੇ ਵਿੱਚ ਮੈਨੂੰ ਬਹੁਤ ਘੱਟ ਗੁੱਸਾ ਆਉਂਦਾ ਹੈ ਅੱਛਾ ਸਾਰਾ ਗੁੱਸਾ ਸਕਰੀਨ ਤੇ ਕੱਢ ਦਿੰਦੇ ਹੋ ਹਾਂ ਪਰ ਕਿਤੇ ਜਦੋਂ ਆਉਂਦਾ ਫਿਰ ਉਹ ਕਾਫੀ ਇਟਸ ਲਾਈਕ ਵਾਲ ਕਹਿੰਦੇ ਫਿਰ ਉਹ ਉਦਾਂ ਦਾ ਗੁੱਸਾ ਹੁੰਦਾ ਹੈ ਓਕੇ ਮੈਨੂੰ ਪਤਾ ਨਾ ਗੱਲ ਕਰਾਂ ਜੀ ਅੱਛਾ ਇੱਕ ਤੁਹਾਡੀ ਮੂਵੀ ਆਈ ਸੀ ਸਾਡਾ ਹੱਕ ਉਸ ਤੋਂ ਬਾਅਦ ਯੋਧਾ ਦੇ ਵਿੱਚ ਤੁਸੀਂ ਸਿਕਸ ਪੈਕ ਬਣਾਏ ਬਹੁਤ ਘੱਟ ਟਾਈਮ ਸੀ ਉਸ ਦੌਰਾਨ ਇੰਨੀ ਜਲਦੀ ਬੋਡੀ ਨੂੰ ਚੇਂਜ ਕਰਨਾ ਸਪੈਸ਼ਲੀ ਸਿਕਸ ਪੈਕ ਪਿੱਛੇ ਤਾਂ ਵੈਸੇ ਸਾਰੇ ਪਾਗਲ ਰਹਿੰਦੇ ਆ ਕੋਈ ਟਿਪ ਦੇ ਦਿਓ ਦੇਖਣ ਵਾਲਿਆਂ ਨੂੰ ਵੀ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਇੰਨੀ ਜਲਦੀ ਕਿਵੇਂ ਚੇਂਜ ਕਰਨੇ ਉਸ ਦੇ ਲਈ ਵਿਸ਼ਵ ਮੈਨੂੰ ਟਾਈਮ ਲੱਗਾ ਸੀਗਾ 7 ਮੰਥਸ ਓਕੇ ਉਹ ਪ੍ਰਪੇਅਰ ਕਰ ਲਈ ਅਸੀਂ 7 ਮਹੀਨੇ ਮੂਵੀ ਨੂੰ ਡਿਲੇ ਕੀਤਾ ਸੀ ਕਿਉਂਕਿ ਆਈ ਵਾਂਟਡ ਕਿ ਉਹ ਪ੍ਰਪੇਅਰ ਕਰਕੇ ਚੰਗੇ ਤਰੀਕੇ ਦੇ ਨਾਲ ਸਕਰੀਨ ਦੇ ਉੱਪਰ ਆਉਣਾ ਚਾਹੀਦਾ ਕਾਫੀ ਹਾਰਡ ਵਰਕ ਕੀਤਾ ਪਰ ਮੈਨੂੰ ਲੱਗਦਾ ਉਹ ਰਿਜ਼ਲਟ ਜੋ ਚਾਹੀਦਾ ਸੀ ਮਿਲਿਆ ਅੱਛਾ ਤੁਸੀਂ ਐਕਟਿੰਗ ਦੇ ਨਾਲ ਨਾਲ ਪ੍ਰੋਡਿਊਸਿੰਗ ਵਾਲਾ ਵੀ ਪੰਗਾ ਲਿਆ ਹੋਇਆ ਮਤਲਬ ਇਹ ਕਿੱਥੋਂ ਆਇਆ ਮੇਰੇ ਅੰਦਰ ਕੀੜਾ ਸੀ ਐਕਟਿੰਗ ਦਾ ਤੇ ਮੈਂ ਪਹਿਲੀ ਫਿਲਮ ਬਣਾਈ ਸੀਗੀ ਮਿੰਨੀ ਪੰਜਾਬ ਗੁਰਦਾਸ ਮਾਨ ਸਾਹਿਬ ਨੇ ਉਹਦੇ ਵਿੱਚ ਮੇਨ ਲੀਡ ਲਿਆ ਸੀਗਾ 2008 'ਚ ਅਸੀਂ ਉਹ ਫਿਲਮ ਪ੍ਰੋਡਿਊਸ ਕੀਤੀ ਸੀ ਐਂਡ 2009 'ਚ ਰਿਲੀਜ਼ ਕੀਤੀ ਸੀ ਸੋ ਫਿਲਮ ਨੂੰ ਪ੍ਰੋਡਿਊਸ ਕਰਨ ਦਾ ਬਣਾਉਣ ਦਾ ਮਕਸਦ ਮੇਰਾ ਇਹੀ ਸੀਗਾ ਕਿ ਮੈਂ ਆਪਣੇ ਆਪ ਨੂੰ ਐਕਟਰ ਲਾਂਚ ਕਰੂੰਗਾ ਉਸ ਫਿਲਮ 'ਚ ਪਰ ਅਨਫੋਰਚੁਨੇਟਲੀ ਮੈਂ ਨਹੀਂ ਕਰ ਪਾਇਆ ਉਸ ਫਿਲਮ 'ਚ ਉਸ ਤੋਂ ਬਾਅਦ ਫਿਰ 2012 ਦੇ ਵਿੱਚ ਦੁਬਾਰਾ ਇਹ ਫਿਲਮ ਬਣਾਈ ਸਾਡਾ ਹੱਕ ਜਿਹੜੀ ਮੈਂ ਆਪ ਹੀ ਲਿਖੀ ਸੀ ਸੋ ਉਹਨੇ ਬਹੁਤ ਵੱਡੀ ਰੈਕਗਨੀਸ਼ਨ ਮਾਨ ਸਨਮਾਨ ਦਿੱਤਾ ਅੱਛਾ ਹਰ ਐਕਟਰ ਦਾ ਇੱਕ ਡ੍ਰੀਮ ਰੋਲ ਤਾਂ ਹੁੰਦਾ ਹੈ ਤੁਹਾਡਾ ਡ੍ਰੀਮ ਰੋਲ ਕੀ ਹੈ ਡ੍ਰੀਮ ਰੋਲ ਤਾਂ ਦੇਖੋ ਸਕ੍ਰਿਪਟ ਜਦੋਂ ਸਾਹਮਣੇ ਆਏਗੀ ਉਹਦੇ 'ਚ ਪਤਾ ਲੱਗੇਗਾ ਕਿਉਂਕਿ ਮੈਂ ਬਹੁਤ ਮੇਰੇ ਅੰਦਰ ਭੁੱਖ ਹੈ ਐਕਟਿੰਗ ਦੀ ਬਹੁਤ ਜ਼ਬਰਦਸਤ ਕਿ ਮੈਨੂੰ ਨਵੇਂ ਨਵੇਂ ਕਰੈਕਟਰਸ ਐਕਸਟਰਾਆਰਡਨਰੀ ਮਤਲਬ ਕੰਮ ਕਰਨ ਦਾ ਮੌਕਾ ਮਿਲੇ ਐਜ਼ ਐਨ ਐਕਟਰ ਸੋ ਜਿਹੋ ਜਿਹੀਆਂ ਸਕ੍ਰਿਪਟਸ ਆਉਂਦੀਆਂ ਨੇ ਸੋ ਉਹਦੇ ਵਿੱਚੋਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਮੈਨੂੰ ਡ੍ਰੀਮ ਰੋਲ ਡ੍ਰੀਮ ਪ੍ਰੋਜੈਕਟ ਮਿਲੂਗਾ ਮੈਂ ਹੁਣ ਬਾਲੀਵੁੱਡ ਵਿੱਚ ਵੀ ਟਰਾਈ ਕਰ ਰਿਹਾ ਕਿ ਉੱਥੇ ਵੀ ਕੁਛ ਕੀਤਾ ਜਾਵੇ ਕੁਛ ਮਿਲੇ ਛੋਟੇ ਮੋਟੇ ਰੋਲਸ ਤਾਂ ਬਹੁਤ ਮਿਲ ਰਹੇ ਬਟ ਆਈ ਡੋਂਟ ਵਾਂਟ ਟੂ ਡੂ ਦੈਟ ਕਿ ਕੁਝ ਜਿਹੜਾ ਹੋਵੇ ਚਾਹੇ 2-4 ਸੀਨ ਹੀ ਇਨੀਸ਼ੀਅਲੀ ਮਿਲਣ ਪਰ ਹੋਵੇ ਦਮਦਾਰ ਰੋਲ ਹੋਵੇ ਜਿਵੇਂ ਨਾ ਤੁਸੀਂ ਕੀ ਪੰਜਾਬੀ ਇੰਡਸਟਰੀ ਵਿੱਚ ਧੁੰਮਾਂ ਪਾਈਆਂ ਹੋਈਆਂ ਹੋਵੇ ਜੇ ਧੁੰਮਾਂ ਤੁਸੀਂ ਬਾਲੀਵੁੱਡ ਜਾ ਕੇ ਜੀ ਜਿਵੇਂ ਤੁਸੀਂ ਕਿਹਾ ਕਿ ਤੁਹਾਨੂੰ ਪਰਸਨਲੀ ਬਹੁਤ ਡਿਫਰੈਂਟ ਡਿਫਰੈਂਟ ਕੈਰੇਕਟਰਸ ਕਰਨੇ ਪਸੰਦ ਨੇ ਤੁਸੀਂ ਖੁਦ ਪ੍ਰੋਡਿਊਸਰ ਵੀ ਹੋ ਆਪਾਂ ਪੰਜਾਬੀ ਇੰਡਸਟਰੀ ਨੂੰ ਹੁਣ ਕਿੱਥੇ ਦੇਖਦੇ ਹਾਂ ਕਿ ਹੁਣ ਹਾਲੇ ਵੀ ਇਹ ਟ੍ਰੈਂਡਸ ਹੀ ਫੋਲੋ ਕਰ ਰਹੀ ਹੈ ਕਿ ਐਕਸਪੈਰੀਮੈਂਟਲੀ ਰੈਡੀ ਹੈ ਸਾਡੀ ਇੰਡਸਟਰੀ ਨਹੀਂ ਐਕਸਪੈਰੀਮੈਂਟ ਦੇਖੋ ਵਿਸ਼ਵਪ੍ਰੀਤ ਸ਼ੁਰੂ ਹੋ ਗਏ ਨੇ ਕਾਫੀ ਮਤਲਬ ਇਹ ਹੈ ਕਿ ਐਕਸਪੈਰੀਮੈਂਟ ਹੁੰਦਾ ਹੈ ਫਿਰ ਉਹਨੂੰ ਫੋਲੋ ਕਰਨ ਵਾਲੇ ਕਾਫੀ ਪੇੜ ਚਾਲ ਸ਼ੁਰੂ ਹੋ ਜਾਂਦੀ ਉਹ ਤਾਂ ਫੋਲੋ ਕਰਨਾ ਹੀ ਹੈ ਜਿਵੇਂ ਸਾਡਾ ਹੱਕ ਸੀ ਇੱਕ ਐਕਸਪੈਰੀਮੈਂਟ ਸੀ ਇੱਕ ਰਿਅਲਿਸਟਿਕ ਸਿਨੇਮਾ ਸੀ ਉਹਨੂੰ ਬਹੁਤ ਸਾਰੇ ਲੋਕਾਂ ਨੇ ਫਿਰ ਉਹਦੇ ਵਰਗੇ ਉਸੇ ਹੀ ਤੁਰ ਪਏ ਕਈ ਫਿਲਮਾਂ ਬਣੀਆਂ ਅੰਗਰੇਜ਼ ਸੀਗੀ ਇੱਕ ਐਕਸਪੈਰੀਮੈਂਟ ਸੀ ਹੁਣ ਉਹੋ ਜਿਹੀਆਂ ਬਣੀ ਜਾ ਰਹੀਆਂ ਸੋ ਮੈਨੂੰ ਲੱਗਦਾ ਐਕਸਪੈਰੀਮੈਂਟ ਹਰ ਬੰਦੇ ਨੂੰ ਹੀ ਕਰਦੇ ਰਹਿਣਾ ਚਾਹੀਦਾ ਪਰ ਹੋ ਰਿਹਾ ਟਰਾਈ ਕਰ ਰਿਹਾ ਸਿਨੇਮਾ ਹੁਣ ਪੰਜਾਬ ਸਿੰਘ ਵੀ ਸਾਡੀ ਇੱਕ ਐਕਸਪੈਰੀਮੈਂਟ ਹੈ ਅਸੀਂ ਗੱਲ ਦੱਸੋ ਤੁਸੀਂ ਥੋੜ੍ਹੀ ਦੇਰ ਪਹਿਲਾਂ ਦੱਸਿਆ ਨਾ ਕਿ ਕੈਰੇਕਟਰ ਦੇ ਵਿੱਚ ਜੋ ਪੂਰੀ ਤਰ੍ਹਾਂ ਨਾ ਹੁੰਦੇ ਹੋ ਤੁਸੀਂ ਘਰੇ ਵੀ ਉਹ ਫੀਲ ਕਰਦੇ ਹੋ ਅੱਛਾ ਜਦੋਂ ਮੂਵੀ ਸ਼ੂਟਿੰਗ ਖਤਮ ਹੋ ਗਈ ਕੈਰੇਕਟਰ 'ਚੋਂ ਨਿਕਲਣ 'ਚ ਕਿੰਨਾ ਕੁ ਟਾਈਮ ਲੱਗਦਾ ਜਦੋਂ ਲੁੱਕ ਚੇਂਜ ਕਰ ਦਿਉ ਕਾਫੀ ਉਦੋਂ ਰਿਲੀਫ ਮਿਲ ਜਾਂਦੀ ਹੈ ਮੇਰੇ ਲਈ ਕਾਫੀ ਮੁਸ਼ਕਿਲ ਹੋ ਗਿਆ ਸੀਗਾ ਜਿਹੜਾ ਮੈਂ ਕੈਰੇਕਟਰ ਸਾਡਾ ਹੱਕ 'ਚ ਪਲੇ ਕੀਤਾ ਸੀ ਕਰਤਾਰ ਸਿੰਘ ਬਾਜ ਵਾਲਾ ਨਾ ਉਹ ਮੈਨੂੰ ਲੋਕ ਉਹੀ ਸਮਝਣਾ ਸ਼ੁਰੂ ਕਰਤਾ ਕਿਉਂਕਿ ਮੇਰੀ ਪਹਿਲੀ ਫਿਲਮ ਸੀ ਲੋਕਾਂ ਨੂੰ ਲੱਗਾ ਇਹ ਬੰਦਾ ਹੀ ਉਹ ਹੈ ਸੋ ਮੈਨੂੰ ਖੁਦ ਨੂੰ ਵੀ ਫੀਲ ਹੋਣਾ ਸ਼ੁਰੂ ਹੋ ਗਿਆ ਮਾਨ ਸਨਮਾਨ ਸਰੋਪੇ ਯੇ ਵੋ ਦੇਸ਼ ਵਿਦੇਸ਼ ਵਿੱਚ ਅਤੇ ਉਹਦੇ ਵਿੱਚ ਹੀ ਮੈਨੂੰ ਫਿਰ ਇਹ ਫਿਲਮ ਜਿਹੜੀ ਸੀ ਯੋਧਾ ਔਫਰ ਹੋਈ ਇਨੀਸ਼ੀਅਲੀ ਮੈਂ ਬਹੁਤ ਜ਼ਿਆਦਾ ਕਨਵਿੰਸ ਨਹੀਂ ਸੀਗਾ ਕਿ ਮੈਂ ਫਿਰ ਸਿਮਿਲਰ ਉਸੇ ਤਰ੍ਹਾਂ ਦੀ ਫਿਲਮ ਕਰਾਂ ਪਰ ਮੇਰੇ ਲਈ ਉਸ ਕਰੈਕਟਰ 'ਚੋਂ ਬਾਹਰ ਨਿਕਲਣਾ ਔਖਾ ਲੱਗ ਰਿਹਾ ਫਿਰ ਮੈਨੂੰ ਲੱਗਾ ਕਿ ਆਹ ਵਧੀਆ ਨਾਲੇ ਕੰਫਰਟ ਜ਼ੋਨ ਹੈ ਹਾਲੇ ਮੈਂ ਉੱਥੇ ਜੀ ਹੈਗਾ ਫਿਰ ਇਹਦੇ 'ਚ ਹੀ ਸੋ ਉਹ ਫਿਲਮ ਵੀ ਉਸੇ ਗੈਟਅਪ ਦੇ ਵਿੱਚ ਉਸੇ ਤਰੀਕੇ ਨਾਲ ਹੀ ਕਰ ਲਈ ਤੇ ਪਰ ਸ਼ਰੀਕ ਨੇ ਫਿਰ ਮੈਨੂੰ ਡੈਫੀਨੇਟਲੀ ਉਹ ਕਰੈਕਟਰ ਚੋਂ ਕੱਢਿਆ ਬਾਹਰ ਬਹੁਤ ਹੀ ਬਹੁਤ ਸ਼ਰੀਕ ਤਾਂ ਤੁਹਾਡਾ ਰੋਲ ਨੋ ਡਾਊਟ ਮੈਨੂੰ ਵੀ ਬਹੁਤ ਹੀ ਵਧੀਆ ਲੱਗਿਆ ਸੀ ਸਟੈਂਡ ਆਊਟ ਕਰਦਾ ਨਾ ਜਿਵੇਂ ਆਪਾਂ ਕਹਿੰਦੇ ਕਿ ਕੋਈ ਵੀ ਮੂਵੀ ਹੈ ਕੋਈ ਪ੍ਰੋਜੈਕਟ ਹੈ ਉਹਦੇ 'ਚ ਹਰ ਇੱਕ ਕੈਰੈਕਟਰ ਇੰਪੋਰਟੈਂਟ ਹੁੰਦਾ ਹੈ ਇੱਕ ਐਕਟਰ ਇੰਪੋਰਟੈਂਟ ਹੁੰਦਾ ਹੈ ਲੀਡਸ ਦੇ ਇਲਾਵਾ ਬਾਕੀ ਨੋ ਡਾਊਟ ਤੁਹਾਡੀ ਨਵੇਂ ਪ੍ਰੋਜੈਕਟ ਬਾਰੇ ਤੁਸੀਂ ਸਾਨੂੰ ਦੱਸ ਹੀ ਦਿੱਤਾ ਜੀ ਤੇ ਕਦੋਂ ਤੱਕ ਰਿਲੀਜ਼ ਹੋਣ ਦੇ ਚਾਂਸਿਸ ਹੈ ਜੀ ਅਕਤੂਬਰ 'ਚ ਅਸੀਂ ਪਲਾਨ ਕਰ ਰਹੇ ਹਾਂ ਅੱਛਾ ਅਕਤੂਬਰ 'ਚ ਪਲਾਨ ਕਰ ਰਹੇ ਹੋ ਚਲੋ ਅਕਤੂਬਰ 'ਚ ਇੱਕ ਬਹੁਤ ਹੀ ਇੰਟਰਸਟਿੰਗ ਚੀਜ਼ ਆ ਰਹੀ ਹੈ ਸਾਡੇ ਵਾਸਤੇ ਸਿਨੇਮਾ ਦੇ ਵਿੱਚ ਸਾਨੂੰ ਡੈਫੀਨੇਟਲੀ ਵੇਟ ਰਹੇਗਾ ਕੁਲਜਿੰਦਰ ਵੈਰੀ ਬੈਸਟ ਆਫ ਲੱਕ ਫੋਰ ਯੋਰ ਫਿਊਚਰ ਪ੍ਰੋਜੈਕਟਸ ਆਲਸੋ ਥੈਂਕ
ਹਾਂਜੀ ਕੁਲਜਿੰਦਰ ਸਿੱਧੂ ਨਾਲ ਇਸ ਖਾਸ ਮੁਲਾਕਾਤ ਨੂੰ ਫੁੱਲ ਇੰਜੋਏ ਕੀਤਾ ਨਾ ਹਲੇ ਹੋਰ ਵੀ ਐਂਟਰਟੇਨਮੈਂਟ ਬਾਕੀ ਹੈ ਸਾਡੇ ਸ਼ੋਅ 'ਚ ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਹੋਵੇਗੀ ਡੈਸ਼ਿੰਗ ਹੌਬੀ ਧਾਲੀਵਾਲ ਜੀ ਦੇ ਨਾਲ ਐਂਟਰਟੇਨਿੰਗ ਚਿੱਟ ਚੈਟ ਅਤੇ ਵੋਇਸ ਆਫ ਪੰਜਾਬ ਸੀਜ਼ਨ 4 ਛੋਟਾ ਚੈਂਪ ਦੇ ਛੋਟੇ ਚੈਂਪ ਦੇ ਸੁਰਾਂ ਦਾ ਛਾਏਗਾ ਜਾਦੂ ਅਤੇ ਹੋਰ ਵੀ ਬਹੁਤ ਕੁਛ ਹੈ ਖਾਸ ਸੋ ਡੋਂਟ ਗੋ ਐਨੀਵੇਅਰ ਮੈਂ ਐਂ ਗਈ ਅਤੇ ਐਂ ਆਈ ਵੈਲਕਮ ਬੈਕ ਆਫਟਰ ਦ ਬ੍ਰੇਕ ਕੈਂਟ ਪੰਜਾਬੀਆਂ ਦੇ ਅੱਤ ਸ਼ੋਅ ਪੰਜਾਬੀ ਦਿਸ ਵੀਕ ਵਿੱਚ ਅਤੇ ਬ੍ਰੇਕ ਤੋਂ ਬਾਅਦ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਜੀ ਬ੍ਰੈਂਪਟਨ ਜਿੱਥੇ ਸੇਵਾ ਫੂਡ ਬੈਂਕ ਦਾ 6th ਐਨੂਅਲ ਗਾਲਾ ਈਵੈਂਟ ਔਰਗਨਾਈਜ਼ ਕਰਵਾਇਆ ਗਿਆ ਅਤੇ ਇਸ ਈਵੈਂਟ ਦੇ ਵਿੱਚ ਬਹੁਤ ਸਾਰੀ ਸਪੈਸ਼ਲ ਪਰਸਨੈਲਿਟੀਜ਼ ਨੇ ਹਿੱਸਾ ਲਿਆ ਇਸ ਬੈਂਕ ਦਾ ਮੇਨ ਮੋਟਿਵ ਹੈ ਜੀ ਹੋਮਲੈਸ ਅਤੇ ਹੰਗਰੀ ਲੋਕਾਂ ਨੂੰ ਖਾਣਾ ਪ੍ਰੋਵਾਈਡ ਕਰਵਾਉਣਾ ਅਤੇ ਸਭ ਤੋਂ ਖਾਸ ਗੱਲ ਇਹ ਕਿ ਇਸ ਔਰਗਨਾਈਜੇਸ਼ਨ ਦੇ ਥਰੂ ਹਰ ਮਹੀਨੇ ਆਲਮੋਸਟ 1000 ਲੋਕਾਂ ਨੂੰ ਫ੍ਰੀ ਫੂਡ ਪ੍ਰੋਵਾਈਡ ਕੀਤਾ ਜਾਂਦਾ ਹੈ ਅਤੇ ਹੋਰ ਇਸ ਈਵੈਂਟ 'ਚ ਕੀ ਸੀ ਖਾਸ ਆਪਾਂ ਚੱਲ ਕੇ ਦੇਖਦੇ ਹਾਂ I feel so proud to be the Premier of Ontario because we live in a society here in Ontario that is so compassionate and so generous. The leadership is doing really good work for the community and this gala is supporting that work and it's a pleasure for me to support this gala and the food bank. ਅਤੇ ਜਿਹੜਾ ਆਪਣੇ ਗੁਰੂ ਜੀ ਨੇ ਸਿਖਾਇਆ ਆਪਾਂ ਨੂੰ ਸੇਵਾ ਦਾ ਕਾਨਸੈਪਟ ਵੰਡ ਕੇ ਛਕਣਾ ਯੂ ਆਰ ਰੈਲੇਟਿਵ ਪਲੈਂਟੀ ਯੂ ਸ਼ੁੱਡ ਸ਼ੇਅਰ ਇਟ ਦੀਜ਼ ਆਰ ਸਿੱਖੀ ਵੈਲਿਊਜ਼ ਐਂਡ ਕੈਨੇਡੀਅਨ ਵੈਲਿਊਜ਼ ਐਂਡ ਤਾਂ ਕਰਕੇ ਦ ਸੇਵਾ ਫੂਡ ਬੈਂਕ ਇਜ਼ ਸੋ ਇੰਪੋਰਟੈਂਟ ਸਾਹ ਜਿਹੜੀ ਕਿ ਲੋੜਵੰਦਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੀ ਹੈਗੀ ਹੈ ਅਤੇ ਮੈਨੂੰ ਅੱਜ ਜਿਹੜੀ ਇਹਨਾਂ ਦੀ ਐਨੂਅਲ ਗਾਲਾ ਹੈ ਇਹਦੇ ਵਿੱਚ ਸ਼ਾਮਿਲ ਹੁੰਦਿਆਂ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਸੇਵਾ ਫੂਡ ਬੈਂਕ ਨਾਲ ਲਾਈਕ ਵਾਲੰਟੀਅਰ ਕਰਨਾ ਇਜ਼ ਆਲਵੇਜ਼ ਐਨ ਅਮੇਜ਼ਿੰਗ ਐਕਸਪੀਰੀਅੰਸ ਫੋਰ ਐਗਜ਼ਾਮਪਲ ਲਾਈਕ ਜਿੱਦਾਂ ਪਾਸ ਦੇ ਵਿੱਚ ਆਪਾਂ ਜਾ ਕੇ ਵਾਲੰਟੀਅਰ ਕਰੀਦਾ ਸੇਵਾ ਫੂਡ ਬੈਂਕ ਦੇ ਆਪਰੇਸ਼ਨ ਦੇ ਨਾਲ ਇਟਸ ਆਲਵੇਜ਼ ਗ੍ਰੇਟ ਐਕਸਪੀਰੀਅੰਸ ਟੂ ਸੀ ਲਾਈਕ ਹਾਊ ਆਪਾਂ ਲਾਈਕ ਕਮਿਊਨਿਟੀ ਦੇ ਵਿੱਚ ਭਾਵੇਂ ਛੋਟਾ ਜਿਹਾ ਐਫਰਟ ਹੈ ਰਾਈਟ ਆਪਾਂ ਜਿੰਨਾ ਕੁ ਕਰ ਸਕਦੇ ਹਾਂ ਇਟਸ ਆਲਵੇਜ਼ ਅ ਹਿਊਜ ਸਟੈਪ ਫੋਰ ਐਨੀਵਨ ਐਲਸ ਬ੍ਰੈਂਪਟਨ ਤੋਂ ਬਾਅਦ ਹੁਣ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਜੀ ਗੁਰੂ ਕੀ ਨਗਰੀ ਅੰਮ੍ਰਿਤਸਰ ਜਿੱਥੇ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵੱਲੋਂ ਵਰਲਡ ਮਿਊਜ਼ਿਕ ਡੇ ਦੇ ਮੌਕੇ 'ਤੇ ਰੰਗੇ ਅਦਬ ਮੁਸ਼ਾਇਰਾ ਔਰਗਨਾਈਜ਼ ਕਰਵਾਇਆ ਗਿਆ ਅਤੇ ਇਸ ਮੁਸ਼ਾਇਰੇ ਦੀ ਸੈਂਟਰ ਆਫ ਅਟਰੈਕਸ਼ਨ ਰਹੇ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਜੀ ਅਤੇ ਹੋਰ ਵੇਟ ਨਾ ਕਰਾਉਂਦੇ ਹੋਏ ਤੁਹਾਨੂੰ ਲੈ ਕੇ ਚੱਲਦੇ ਜੀ ਰੰਗੇ ਅਦਬ ਅੰਮ੍ਰਿਤਸਰ ਅੱਛਾ ਪ੍ਰੋਗਰਾਮ ਹੋਇਆ ਹੈ ਬਹੁਤ ਆਨੰਦ ਆਇਆ ਬੱਚਿਆਂ ਨੇ ਬੜਾ ਅੱਛਾ ਕੰਮ ਕੀਤਾ ਮੈਂ ਅੱਜ ਦੇਖ ਕੇ ਬੜਾ ਮਨ ਖੁਸ਼ ਹੈ ਵੈਸੇ ਤੁਹਾਨੂੰ ਭੁੱਖ ਲੱਗੀ ਹੈ ਮੈਨੂੰ ਤਾਂ ਬਹੁਤ ਲੱਗੀ ਹੈ ਸੱਚੀ ਪਰ ਹਾਂ ਤੁਹਾਡੀ ਭੁੱਖ ਦਾ ਇਲਾਜ ਮੇਰੇ ਕੋਲ ਹੈ ਤੁਸੀਂ ਪੇਸ਼ਾਵਰ ਦੇ ਚਪਲੀ ਕਬਾਬ ਬਾਰੇ ਸੁਣੇ ਨਹੀਂ ਸੁਣਿਆ ਕਿਵੇਂ ਬਣਦੇ ਵੀ ਨਹੀਂ ਪਤਾ ਲਓ ਅਸੀਂ ਦੱਸ ਦਿੰਦੇ ਹਾਂ ਚਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਹਮ ਬਣਾਉਣ ਲੱਗੇ ਹੈ ਪੇਸ਼ਾਵਰੀ ਕਾ ਚਪਲੀ ਕਬਾਬ ਜੋ ਬਹੁਤ ਹੀ ਫੇਮਸ ਕਬਾਬ ਹੈ ਪੇਸ਼ਾਵਰ ਸੇ ਆਤਾ ਹੈ ਔਰ ਅਗਰ ਆਪ ਇਸੇ ਇੰਡੀਆ ਮੇਂ ਦੇਖੇਂਗੇ ਤੋ ਰਾਮਪੁਰ ਮੇਂ ਵੀ ਕਾਫੀ ਪੇਸ਼ਾਵਰੀ ਚਪਲੀ ਕਬਾਬ ਕੇ ਨਾਮ ਸੇ ਬਹੁਤ ਫੇਮਸ ਕਬਾਬ ਹੈ ਤੋ ਅੱਜ ਹਮ ਯੇ ਪੇਸ਼ਾਵਰ ਕਾ ਟੇਸਟ ਚੰਡੀਗੜ੍ਹ ਸੈਫਰਨ ਮੇਂ ਲੇਕਰ ਆਏ ਹੈਂ ਸਭ ਸੇ ਪਹਿਲੇ ਹਮੇਂ ਅੱਛਾ ਕੀਮਾ ਚਾਹੀਏ ਸਭ ਸੇ ਪਹਿਲੇ ਹਮ ਥੋੜਾ ਸਾ ਫਰੈਸ਼ ਕੀਮਾ ਡਾਲੇਂਗੇ ਆਪ ਦੋ ਵਾਰੀ ਇਸੇ ਮਿਕਸ ਕਰ ਲੀਜੀਏ ਔਰ ਮਿਕਸ ਕਰਨੇ ਕੇ ਬਾਅਦ ਆਪ ਥੋੜਾ ਸਾ ਇਸਕੋ ਲਾਈਟ ਕਰਨੇ ਕੇ ਲੀਏ ਅਗਰ ਆਪਕੋ ਲੱਗਤਾ ਹੈ ਥੋੜਾ ਟਾਈਟ ਹੈ ਤੋ ਆਪ ਥੋੜਾ ਸਾ ਪਾਣੀ ਯੂਜ਼ ਕੀਜੀਏ ਸਵਾਦ ਅਨੁਸਾਰ ਨਮਕ ਔਰ ਇਹ ਬਹੁਤ ਹੀ ਅੱਛਾ ਟੇਸਟ ਆਤਾ ਹੈ ਇਸਮੇਂ ਕਿਉਂਕਿ ਇਸਮੇ ਹਮਾਰੇ ਸਾਰੇ ਜੋ ਸਪਾਈਸਿਸ ਹਮ ਇਹ ਜੋ ਹਮਾਰੇ ਨਾਰਦਰਨ ਇੰਡੀਆ ਮੇਂ ਜਿਤਨੇ ਹਮ ਸਪਾਈਸਿਸ ਸਾਬੂ ਧਨੀਆ ਸਾਬੂ ਚਿਲੀ ਡਾਲਤੇ ਹੈ ਉਹ ਸਾਰੇ ਟੇਸਟ ਇਸਮੇਂ ਆਪਕੋ ਮਿਲੇਂਗੇ ਥੋੜਾ ਸਾ ਰੋਸਟਡ 'ਚ ਜ਼ਿਆਦਾ ਨਾ ਡਾਲੀਏ ਕਿਉਂਕਿ ਉਸਸੇ ਕੀਮੇ ਕਾ ਟੇਸਟ ਆਪਕਾ ਕਮ ਹੋ ਜਾਏਗਾ
बस इतना है कि सिर्फ बाइंड हो जाए कीमा और वो फटे नहीं। थोड़ा सा घी, और इसके बाद जब आपने इसे सारा मिला लिया तब आप इसको अच्छी तरह से मैरिनेट, जिस तरह से आप इसे मिक्स कीजिए, और इस तरह से आप फ्लैट फ्लैट चपली इसको एकदम बिल्कुल ही एकदम फ्लैट करके हाथों से दो हाथों के तले के बीच में बस इसको हम कबाब से सेकेंगे। ज़्यादा मैरिनेट किया होगा तो ऑफकोर्स जल्दी पकेगा थोड़ा, अभी हमने क्यों ताज़ा ताज़ा बनाया है तो थोड़ा सा समय लगेगा, लेकिन स्वाद आपको वैसा ही देगा। तो हमारा चपली कबाब तैयार हो जाता है और आप इसे इंजॉय कीजिए पुदीने की चटनी के साथ। जो भी को डिश सी बड़ी कमाल दी, एंड आई एम श्योर टेस्टी भी बहुत होगी। तो मैं पता ही है तुम ये डिश घर बनाने की ट्राई तो जरूर करोगे, पर हूँ वेला हो गया शो न थोड़ा जहा म्यूजिकल बना का। तो चलते हो वॉइस पंजाब छोटा चैंप सीजन 4 के ऑडिशन से जाके देखते हो। तो छोटे छोटे बच्चे ने प्रूव किया होया कि साड़ी उम्र भावें छोटी है पर सुर साढ़े पक्के है जी। चलो फिर चलते आप वॉइस ऑफ पंजाब छोटा चैंप सीजन 4 विच जीत के ही जावन पूरी जांदी ने नजर जद मारी बे कणकां दा रंगी ने यारी दा दीवाना मेरा यार ही खुदा है। वैसे जो भी कहो इस बार जिन्ने भी टैलेंटेड बच्चे ऑडिशन आ रहे हैं इन्होंने वेख के तो यही लग रहा है कि कॉम्पीटिशन बहुत टफ होने वाला है। सो मेरे वालों तो सारे क्यूट क्यूट बच्चों बेस्ट ऑफ लक। तो मैंने याद आया कि हुन वेला हो गया साढ़े शो में साढ़े दूसरे स्पैशल गैसट में मिलन का। तो वह ने जी शानदार परसनैलिटी के मालिक वन ऑफ द बेस्ट एक्टर इन पंजाबी इंडस्ट्री हॉबी धालीवाल जी। सत श्री अकाल सर, वेलकम टू द शो जी। बैठो जी। सर सब तो पहला तो फैनस वालों एक सवाल है जी, इन्नी पॉजिटिव परसनैलिटी इन्ना जबरदस्त ऑरा पर तुसी नेगेटिव रोल क्यों सिलेक्ट कर दे मूवी? मैनू लगता हाले तक मैनू वो मुकाम नहीं मिले जिथे मैं आपकी चॉइस कर सकता, जिथे मैं कह सकता कि मैं आ नहीं मैं आ रोल करना। सो मैनू लगता कि मेरे करियर के आखिरी दिन भी मेरी हालात इदा दे रहेंगे। तो तुसी अपने करियर की शुरुआत काफ़ी लेट की है जी, तो इहदा रीज़न की रहा है? इहदा रीज़न देखो मैं पहला भंगड़ा पाया एंटरटेनमेंट इंडस्ट्री की जो मैं गल करा तो मैं पम्मी बाई होर उन्हों की रहनुमाई भंगड़ा बहुत साल पाया तो उस तो बाद फिर मैं सिंगिंग चला गया, फिर मैं वो ज़्यादा पसंद नहीं आया, दैन वी माइग्रेटेड टू कैनेडा। ओके तो माफ़ करो मैनू कैनेडा भी चंगा उतों वापस आ गए नहीं यस। सो कैनेडा भी मेरे पब जे नहीं लगे फिर असं वापस आ गए। ਤੇ ਹੁਣ ਤੁਸੀਂ ਗੱਲਾਂ ਗੱਲਾਂ 'ਚ ਦੱਸਿਆ ਵੀ ਤੁਸੀਂ ਸਿੰਗਿੰਗ 'ਚ ਵੀ ਗਏ ਸੀ ਹੈ ਨਾ ਜੀ, ਤੇ ਅਸੀਂ ਤੁਹਾਨੂੰ ਐਂ ਬਖਸ਼ਣਾ ਤਾਂ ਹੈ ਨਹੀਂ, ਕੁਛ ਤਾਂ ਤੁਹਾਨੂੰ ਸੁਣਾਉਣਾ ਪੈਣਾ ਹੁਣ। ਚਲੋ ਮੈਂ ਫਿਰ ਇੱਕ ਵਾਰ ਹੋ ਨਹੀਂ ਤੂੰ ਖੜੀ ਨਹੀਂ ਖੜੀ ਨਹੀਂ ਮੁਟਿਆਰੇ ਮੁੰਡਾ ਖੜ ਕੇ ਕੁੜੀ ਨੂੰ ਵਾਜਾ ਮਾਰੇ, ਖੜੀ ਨਹੀਂ ਖੜੀ ਨਹੀਂ ਮੁਟਿਆਰੇ ਮੁੰਡਾ ਖੜ ਕੇ ਕੁੜੀ ਨੂੰ ਵਾਜਾ ਮਾਰੇ, ਕਾ ਤੋ ਭੁੱਲ ਗਈ ਵੈਰ ਨੇ ਬੁਲਾਉਣਾ ਨੀ ਲੱਭਦੀ ਮਰ ਜੇਗੀ ਜੱਟ ਵਰਗਾ ਨੀ, ਜੱਟ ਵਰਗਾ ਯਾਰ ਨੀ ਥਿਉਣਾ ਤੂੰ ਲੱਭਦੀ ਮਰ ਜੇਗੀ। ਵਾਹ ਸਰ, ਜਿੰਨੀ ਜ਼ਬਰਦਸਤ ਫੈਸਿਲਿਟੀ ਉਨੀ ਜ਼ਬਰਦਸਤ ਆਵਾਜ਼ ਤੁਹਾਡੀ, ਤੁਸੀਂ ਤਾਂ ਸਿੰਗਿੰਗ ਐਵੇਂ ਹੀ ਛੱਡੀ ਹੈ? ਨਹੀਂ ਐਵੇਂ ਨਹੀਂ ਛੱਡੀ, ਸੋਚ ਕੇ ਛੱਡੀ, ਮੈਨੂੰ ਲੱਗਦਾ ਸੀ ਕਿ ਮੈਂ ਫਿਲਮਾਂ 'ਚ ਕੁਛ ਚੰਗਾ ਕਰ ਸਕਦਾ। ਵੈਸੇ ਤੁਸੀਂ ਬੜੇ ਸਟਰੋਂਗ ਕੈਰੈਕਟਰਸ ਪਲੇਅ ਕਰਦੇ ਹੋ, ਤੁਹਾਡੀ ਪਰਸਨੈਲਿਟੀ ਵੀ ਸਟਰੋਂਗ ਹੈ ਜਿਵੇਂ ਕਿ ਮੈਂ ਕਾਫੀ ਕਹਿ ਚੁੱਕੀ ਹਾਂ, ਬਟ ਕੋਈ ਸਪੈਸ਼ਲ ਪ੍ਰੈਪਰੇਸ਼ਨ ਕਰਨੀ ਪੈਂਦੀ ਹੈ ਆਪਣੇ ਕੈਰੈਕਟਰਸ ਨੂੰ ਪਲੇਅ ਕਰਨ ਲਈ, ਅਤੇ ਉਹ ਕਿੱਦਾਂ ਕਰਦੇ ਹੋ ਤੁਸੀਂ? ਮੇਰੇ ਮਦਰ ਇਨ ਲਾਅ ਮੇਰੇ ਕੋਲ ਰਹਿੰਦੇ ਨੇ ਘਰੇ। ਓਕੇ। ਕਿਉਂਕਿ ਮੇਰੀ ਵਾਈਫ ਹੋਣੀ ਤਿੰਨੇ ਭੈਣਾਂ ਹੀ ਭੈਣਾਂ ਨੇ, ਅਤੇ ਉਹ ਕਹਿੰਦੇ ਹੁੰਦੇ ਨੇ ਕਾਕਾ ਉਹੋ ਜਿਹਾ ਹੀ ਲੱਗਦਾ ਜਿਹੋ ਜਿਹਾ ਘਰੇ ਬੋਲਦਾ, ਕਰਦਾ ਤਾਂ ਕੁਛ ਹੈ ਨਹੀਂ। ਸੋ ਮੈਂ ਕਦੇ ਪ੍ਰੈਪਰੇਸ਼ਨ ਕੀਤੀ ਨਹੀਂ। ਸਰ ਇੱਕ ਗੱਲ ਦੱਸੋ ਵੀ ਤੁਸੀਂ ਆਪਣੀ ਆਪਣਾ ਜਿਵੇਂ ਲਾਈਫ ਦੀ ਜਰਨੀ ਦੱਸੀ ਹੈ, ਤੁਸੀਂ ਮਿਊਜ਼ਿਕ 'ਚ ਗਏ ਫਿਰ ਤੁਸੀਂ ਬਾਹਰ ਵੀ ਗਏ ਵਾਪਸ ਆਏ, ਤੁਹਾਡੀ ਫੈਮਿਲੀ ਦਾ ਕਿੰਨਾ ਸਪੋਰਟ ਰਿਹਾ, ਕਿੰਨੀ ਇੰਪੋਰਟੈਂਸ ਉਹਨਾਂ ਦੀ? ਉਹਨਾਂ ਕਰਕੇ ਹੀ ਮੈਂ ਸਾਰਾ ਕੁਝ ਕਰ ਸਕਿਆ। ਸੋ ਮੇਰੀ ਜਿੰਨਾ ਵੀ ਜਰਨੀ ਹੈ ਚੰਗੇ ਡਿਸੀਜਨਸ ਸਾਰੇ ਫੈਮਿਲੀ ਕਰਕੇ, ਜੇ ਮਾੜੇ ਡਿਸੀਜਨਸ ਮੈਂ ਲੈ ਗਿਆ ਤਾਂ ਮੈਨੂੰ ਓਵਰਕਮ ਕਰਨ ਵਾਸਤੇ ਫੈਮਿਲੀ ਨੇ ਮੈਕਸੀਮਮ 2 ਮਿੰਟ ਲਾਏ ਨੇ, ਇਟਸ ਓਕੇ ਡਨ ਹੋ ਗਿਆ ਕੋਈ ਗੱਲ ਨਹੀਂ ਅੱਗੇ ਚਲੋ।
ਵਾਕਈ ਕਹਿੰਦੇ ਨੇ ਬੰਦੇ ਦਾ ਪਰਿਵਾਰ ਨਾਲ ਹੋਵੇ ਤਾਂ ਵੱਡੀ ਤੋਂ ਵੱਡੀ ਜੰਗ ਜਿੱਤ ਲੈਂਦੇ ਇਨਸਾਨ। ਯੂ ਆਰ ਬਲੈਸਡ ਵਿਦ ਅ ਵੈਰੀ ਵੈਰੀ ਗੁੱਡ ਫੈਮਿਲੀ। ਸਰ ਆਪਾਂ ਫਿਰ ਹੁਣ ਆਪਾਂ ਐਕਟਿੰਗ ਤੇ ਆਈਏ ਜੀ, ਇੰਡਸਟਰੀ ਤੇ। ਹੁਣ ਤੱਕ ਦੇ ਕਰੀਅਰ 'ਚ ਤੁਹਾਨੂੰ ਸਭ ਤੋਂ ਕਹਿੰਦਾ ਨਾ ਕਿ ਡਿਫੀਕਲਟ ਚੈਲੇਂਜਿੰਗ ਰੋਲ ਕਿਹੜਾ ਲੱਗਿਆ ਕਿ ਉਹਦੇ 'ਤੇ ਮੈਨੂੰ ਥੋੜ੍ਹੀ ਜਿਹੀ ਪ੍ਰੈਪਰੇਸ਼ਨ ਕਰਨੀ ਪਈ? ਆਉਣ ਵਾਲੀ ਫਿਲਮ ਹੈ ਇੱਕ ਜੋਰਾ 10 ਨੰਬਰੀ ਆ, ਉਹਦੇ 'ਚ ਮੈਂ ਇੱਕ ਟਰੱਕ ਡਰਾਈਵਰ, ਸਿਰਫ ਗਰੀਬ ਪੇਂਡੂ ਟਰੱਕ ਡਰਾਈਵਰ ਸੀ ਅਤੇ ਮੈਂ ਜਦੋਂ ਮਰਦਾ ਤਾਂ ਮੈਂ ਬਠਿੰਡੇ ਦਾ ਸਭ ਤੋਂ ਅਮੀਰ ਸਮਗਲਰ ਆਦਮੀ ਹਾਂ। ਕਿੱਦਾਂ ਉਹਦੀ ਜਰਨੀ ਹੈ ਉਹਨੂੰ ਕੰਸੀਵ ਕਰਨਾ ਪਿਆ ਮੈਨੂੰ, ਕਹਾਣੀ 2-3-4 ਵਾਰ ਸੁਣਨੀ ਪਈ। ਮੈਨੂੰ ਸਭ ਤੋਂ ਚੈਲੇਂਜਿੰਗ ਰੋਲ ਹੁਣ ਤੱਕ ਦਾ ਆਉਣ ਵਾਲੀਆਂ ਫਿਲਮਾਂ 'ਚ ਜਿਹੜੀਆਂ ਮੈਂ ਕੀਤਾ ਉਹੀ ਲੱਗਿਆ। ਜਿਵੇਂ ਕਿ ਤੁਸੀਂ ਕਿਹਾ ਕਿ ਤੁਸੀਂ ਐਕਟਿੰਗ ਦਾ ਸੋਚਿਆ ਨਹੀਂ ਸੀ, ਪੰਜਾਬੀ ਇੰਡਸਟਰੀ 'ਚ ਤਾਂ ਧੁੰਮਾਂ ਪਾਤੀਆਂ, ਹੁਣ ਤੁਸੀਂ ਬਾਲੀਵੁੱਡ ਵੀ ਪਹੁੰਚ ਗਏ ਹੋ, ਫਿਲੌਰੀ ਦੇ ਵਿੱਚ ਤੁਸੀਂ ਬਹੁਤ ਵਧੀਆ ਰੋਲ ਪਲੇ ਕੀਤਾ, ਉਹ ਮੂਵੀ ਦਾ ਮਿਲਣਾ ਕਿਵੇਂ ਬਣਿਆ? ਮੈਂ ਇੱਥੇ ਚੰਡੀਗੜ੍ਹ 'ਚ ਸ਼ੂਟ ਕਰ ਰਿਹਾ ਸੀਗਾ, ਕਿਹੜੀ ਫਿਲਮ ਨਹੀਂ ਮੈਨੂੰ ਯਾਦ, ਮੈਨੂੰ ਕਾਲ ਆਈ ਇੱਕ ਰੋਜ਼ ਮੈਡਮ ਨੇ ਫਿਲਮ ਇੰਡਸਟਰੀ 'ਚ, ਪੰਜਾਬੀ ਫਿਲਮ ਇੰਡਸਟਰੀ 'ਚ, ਉਹ ਮੇਰੇ ਰੀਅਲ ਸਿਸਟਰ ਇਨ ਲਾਅ ਨੇ, ਮੇਰੇ ਵਾਈਫ ਤੋਂ ਵੱਡੇ ਸਿਸਟਰ ਨੇ, ਜਲੰਧਰ ਰਹਿੰਦੇ ਨੇ। ਉਹਨਾਂ ਦਾ ਫੋਨ ਆਇਆ ਕਿ ਹੋਬੀ ਸੋ ਐਂਡ ਸੋ ਹੋਟਲ ਦੇ ਵਿੱਚ ਜਾ ਕੇ ਤੂੰ ਇੱਕ ਆਡੀਸ਼ਨ ਦੇ ਕੇ ਆ ਕਿ ਫਲੋਰੀ ਕੋਈ ਫਿਲਮ ਬਣ ਰਹੀ ਹੈ ਅਨੁਸ਼ਕਾ ਸ਼ਰਮਾ ਦੀ। ਸੋ ਮੈਂ ਉੱਧਰ ਜਾਣਾ ਸੀ, ਮੈਂ ਕਿਹਾ ਚਲੋ ਫਿਲਮ ਤਾਂ ਮਿਲਣੀ ਨਹੀਂ ਹੁੰਦੀ ਹਿੰਦੀ, ਕਿੱਥੇ ਮੇਰੇ ਵਰਗੇ ਗਰੀਬ ਆਦਮੀ ਨੂੰ। ਉੱਥੇ ਗਿਆ, ਫੋਕਸ ਐਂਟਰਟੇਨਮੈਂਟ ਵਾਲੇ ਸੀਗੇ, ਉਹਨਾਂ ਨੂੰ ਮੈਂ ਆਡੀਸ਼ਨ ਦੇ ਕੇ ਆਇਆ ਅਤੇ ਸ਼ਾਰਟ ਲਿਸਟਡ ਦੈਨ। ਉਹ ਤਾਂ ਆਬਵੀਅਸਲੀ ਸ਼ਾਰਟ ਲਿਸਟਡ ਤਾਂ ਹੋਣਾ ਹੀ ਸੀ, ਫਿਰ ਕੈਂਟ ਫੈਮਿਲੀ ਦੇ ਕੈਂਟ ਫਾਦਰ ਦਿਖਾਉਣਾ ਸੀ ਤਾਂ ਤੁਹਾਡੇ ਬਿਨਾਂ ਕੌਣ ਹੋ ਸਕਦਾ ਸੀ। ਸਰ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਸਿੰਗਿੰਗ ਹੋਵੇ ਜਾਂ ਐਕਟਿੰਗ ਹੋਵੇ, ਸਪੈਸ਼ਲੀ ਐਕਟਿੰਗ ਵਾਸਤੇ, ਤੁਹਾਡੀ ਸੋਰਸ ਆਫ ਇੰਸਪੀਰੇਸ਼ਨ ਕੌਣ ਰਿਹਾ? ਰੱਬ, ਉਹਦਾ ਕੰਪਿਊਟਰ ਵੱਡਾ, ਸਾਡੇ ਸੋਫਟਵੇਅਰਸ ਬੜੇ ਚੇਂਜ ਹੋਏ ਨੇ, ਪਰ ਜਿਹੜਾ ਮਾਸਟਰ ਹੈ ਉਹ ਉਹੀ ਹੈ, ਉਸੇ ਨੇ ਕਰਵਾਇਆ। ਮੈਂ ਤਾਂ ਕੁਛ ਵੀ ਨਹੀਂ, ਅੱਜ ਵੀ ਨਹੀਂ, ਮੈਨੂੰ ਕਦੇ ਉਹ ਲੱਗਿਆ ਹੀ ਨਹੀਂ ਕਿ ਮੈਂ ਐਕਟਿੰਗ ਕਰਨੀ ਹੈ ਜਾਂ ਮੈਂ ਐਕਟਿੰਗ ਕੀਤੀ ਹੈ ਜਾਂ ਕਰੂੰਗਾ, ਨੋ ਨੈਵਰ। ਪ੍ਰੋਫੈਸ਼ਨਲੀ ਹੁਣ ਮੈਂ ਇਹੀ ਸੋਚਦਾ ਕਿ ਮੈਂ ਫੁੱਲ ਟਾਈਮ ਪੰਜਾਬੀ ਫਿਲਮ ਇੰਡਸਟਰੀ 'ਚ ਰਹੂੰਗਾ। ਸਰ ਤੁਹਾਨੂੰ ਫੁਰਸਤ ਹੀ ਨਹੀਂ ਮਿਲਣੀ ਪੰਜਾਬੀ ਫਿਲਮ ਇੰਡਸਟਰੀ 'ਚ? ਜਿਉਂਦੀ ਰਹਿ, ਐਕਚੁਅਲੀ ਜਿਉਂਦੀ ਰਹਿ, ਖੁਸ਼ ਕੀਤਾ। You made my day. You also made our day, sir. ਸਾਡੇ ਸ਼ੋਅ 'ਚ ਆ ਕੇ ਸੀਰੀਅਸਲੀ ਬਹੁਤ ਹੀ ਵਧੀਆ ਲੱਗਿਆ। ਮਿਹਰਬਾਨੀ, ਜਿੰਨੇ ਵੀ ਪੰਜਾਬੀ ਸੁਣਦੇ ਨੇ, ਮੈਂ ਤਾਂ ਸਿਰਫ ਇੱਕੋ ਗੱਲ ਕਹੂੰਗਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਥੋੜ੍ਹਾ ਸਮਾਂ ਦੇ ਦਿਓ, ਅਤੇ ਜਿੰਨੇ ਵੀ ਪੰਜਾਬ ਦੇ ਰੰਗ ਨੇ ਉਹ ਮੇਰੇ ਹਿਸਾਬ ਨਾਲ ਮੇਰੀ ਜ਼ਿੰਦਗੀ ਦੀ ਲਾਲ ਕਿਤਾਬ 'ਚ ਥੋੜ੍ਹੇ ਜਿਹੇ ਫਿੱਕੇ ਹੋ ਗਏ ਨੇ, ਸਿਰਫ ਤੁਸੀਂ ਗੂੜ੍ਹਾ ਕਰ ਸਕਦੇ ਉਹਨਾਂ ਨੂੰ। ਬਹੁਤ ਸ਼ਾਨਦਾਰ ਰੰਗ ਨੇ, ਕਦੇ ਫਰੋਲ ਕੇ ਤਾਂ ਦੇਖੋ ਪੰਜਾਬੀ ਰੰਗ। ਜਿਉਂਦੇ ਰਹੋ। ਥੈਂਕ ਯੂ ਸੋ ਮਚ ਸਰ, ਥੈਂਕ ਯੂ। ਚਲੋ ਦਿਓ ਇਜਾਜ਼ਤ। ਹੋਬੀ ਧਾਲੀਵਾਲ ਜੀ ਦੇ ਨਾਲ ਇਸ ਐਂਟਰਟੇਨਿੰਗ ਮੁਲਾਕਾਤ ਤੋਂ ਬਾਅਦ ਹੁਣ ਟਾਈਮ ਹੋ ਗਿਆ ਜੀ, ਨਾ 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 ਨਾ, ਟਾਟਾ ਬਾਏ ਬਾਏ ਕਹਿੰਦਾ ਜੀ, ਤੁਹਾਨੂੰ ਇੱਕ ਹੋਰ ਬਲੋਕਬਸਟਰ ਅਪਡੇਟ ਦੇਣ ਦਾ। ਹਾਂਜੀ, ਅਤੇ ਉਹ ਬਲੋਕਬਸਟਰ ਅਪਡੇਟ ਹੈ ਇਹ ਹੈ ਕਿ ਅੱਜ PTC ਪੰਜਾਬੀ 'ਤੇ ਦੁਪਹਿਰੇ 12 ਵਜੇ ਅਤੇ ਰਾਤੀ 8:30 ਵਜੇ ਤੁਸੀਂ ਵੇਖ ਸਕਦੇ ਹੋ ਆਪਣੇ ਫੇਵਰੇਟ ਸੁਪਰਸਟਾਰ ਯੋ-ਯੋ ਹਨੀ ਸਿੰਘ ਦੀ ਬਲੋਕਬਸਟਰ ਮੂਵੀ ਜ਼ੋਰਾਵਰ। ਸ਼ੇਰ ਜੇ ਬੁੱਢਾ ਹੋ ਜਾਏ ਆਦਮਖੋਰ ਹੋ ਜਾਂਦਾ। ਇੱਦਾਂ ਕਤਲ ਕਰੂੰਗਾ ਕਿ ਦੁਨੀਆ ਯਾਦ ਰੱਖੂਗੀ। ਇਹ ਫੌਜੀਆਂ ਦਾ ਕੰਮ ਨਹੀਂ ਹੈਗਾ, ਇੱਥੇ ਨਿਸ਼ਾਨਾ ਹੀ ਨਹੀਂ ਦਿਮਾਗ ਵੀ ਤੇਜ਼ ਹੋਣਾ ਚਾਹੀਦਾ। ਗੱਲਾਂ ਬਹੁਤ ਹੋ ਗਈਆਂ ਅੰਗਦ, ਹੁਣ ਜਵਾਬ ਦੇਣ ਦਾ ਵੇਲਾ ਆ ਗਿਆ। ਮੈਨੂੰ ਪਤਾ ਹੈ ਕਿ ਤੁਸੀਂ ਸਾਰੇ ਜ਼ੋਰਾਵਰ ਦੇਖਣ ਲਈ ਨਾ ਪੂਰੇ ਐਕਸਾਈਟਿਡ ਹੋ, ਪਰ ਆਪਣੀ ਐਕਸਾਈਟਮੈਂਟ ਨੂੰ ਥੋੜ੍ਹਾ ਕੰਟਰੋਲ ਕਰੋ ਅਤੇ ਮੈਨੂੰ ਦਿਓ ਇਜਾਜ਼ਤ, ਅਤੇ ਹਾਂ ਆਪਣੀ ਫੀਡਬੈਕ ਦੇਣੀ ਬਿਲਕੁਲ ਨਹੀਂ ਭੁੱਲਣੀ। ਅਤੇ ਹੁਣ ਰੱਖੋ ਆਪਣਾ ਖਿਆਲ, ਟੇਕ ਕੇਅਰ ਅਤੇ ਸਤਿ ਸ਼੍ਰੀ ਅਕਾਲ।